ਜਲੰਧਰ ਦੇ ਵਿੱਚ ਸਿਮਰਜੀਤ ਬੈਂਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਦਲਿਤ ਵਜ਼ੀਫਾ ਮਾਮਲੇ ਦੇ ਵਿੱਚ ਮੁਜ਼ਾਹਰਾ ਕਰਨ ਪਹੁੰਚੇ ਸੀ। ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕਰਨਾ ਸੀ, ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸਿਮਰਜੀਤ ਸਿੰਘ ਬੈਂਸ ਕਥਿਤ ਦਲਿਤ ਵਜ਼ੀਫਾ ਘੁਟਾਲਾ ਮਾਮਲੇ ਤੇ ਮੁਜ਼ਾਹਰਾ ਕਰਨ ਪਹੁੰਚੇ ਸੀ। ਦਰਅਸਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ 64 ਕਰੋੜ ਰੁਪਏ ਦਾ ਵਜ਼ੀਫਾ ਘੁਟਾਲਾ ਕਰਨ ਦੇ ਇਲਜ਼ਾਮ ਲੱਗੇ ਨੇ। ਇਸੇ ਮਾਮਲੇ ਦੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਲੁਧਿਆਣਾ ਪੁੱਜੇ ਸੀ। ਮੁਜ਼ਾਹਰਾ ਕਰਨ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਮਾਰਚ ਉਹਨਾਂ ਵੱਲੋਂ ਕੱਢਿਆ ਜਾਣਾ ਸੀ ਅਤੇ ਇਸੇ ਦੇ ਚੱਲਦਿਆਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਆ ਤਸਵੀਰਾਂ ਜਲੰਧਰ ਦੀਆਂ ਨੇ, ਜਿੱਥੇ ਸਿਮਰਜੀਤ ਬੈਂਸ ਅਤੇ ਇਸਦੇ ਸਮਰਥਕਾਂ ਨੂੰ ਪੁਲਿਸ ਇੱਕ ਬੱਸ ਦੇ ਵਿੱਚ ਲਿਜਾ ਰਹੀ ਹੈ। ਨਾਅਰੇਬਾਜ਼ੀ ਪੰਜਾਬ ਸਰਕਾਰ ਦੇ ਖਿਲਾਫ਼ ਲਗਾਤਾਰ ਕੀਤੀ ਜਾ ਰਹੀ ਹੈ। ਸਾਡੀ ਡਿਮਾਂਡ ਹੈਗੀ ਆ ਦਲਿਤ ਵਜ਼ੀਫਾ ਰਾਸ਼ੀ, ਵੱਡਾ ਸਕੈਮ ਬਹੁਤ ਰੋੜੀ ਹੈ, ਮੰਤਰੀ ਧਰਮਸੋਤ ਡਿਸਮਿਸ ਕਰਕੇ ਸੀਬੀਆਈ ਦੀ ਜਾਂਚ ਦਿਓ। ਇੱਕ ਵਾਰੀ ਸਾਡੇ 100 ਵਾਰੀ ਥਾਣੇ ਬੰਦ ਕਰ ਲੈਣ, FIR-ਆਂ ਦੇ ਦੇਣ, ਜੇਲ੍ਹ 'ਚ ਭੇਜ ਦੇਣ, ਅਸੀਂ ਕਰਨ ਵਾਲੇ ਨਹੀਂ। ਜਿੰਨੀ ਦੇਰ ਤੱਕ ਧਰਮਸੋਤ ਡਿਸਮਿਸ ਨਹੀਂ ਹੁੰਦਾ, ਲੋਕ ਇਨਸਾਫ਼ ਪਾਰਟੀ ਦਾ ਸੰਘਰਸ਼ ਜਾਰੀ ਹੈ। ਹਾਈ ਕੋਰਟ ਵੱਲੋਂ ਜਾਂ ਜਿਹੜਾ 144 ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਲੱਗੀ ਹੋਈ ਹੈ, ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਪ੍ਰੋਟੈਸਟ ਦੀ ਕੋਈ ਇਹਨਾਂ ਤੋਂ ਪਰਮਿਸ਼ਨ ਨਹੀਂ ਸੀ, ਇਹਨਾਂ ਸਾਰੇ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ।